ਖੋਰੇ ਕਿੰਨਾ ਸੋਹਣਾ ਹੋਣਾ ਖੋਰੇ ਕਿੰਨਾ ਸੋਹਣਾ ਹੋਣਾ ਸਾਥ ਜਿਦਾ ਮੈਂ ਪੋਣਾ ਹੋਣਾ ਚੰਨ ਦੇ ਵਰਗਾ ਜਾਪੂ ਉਹ ਚੰਨ ਦੇ ਵਰਗਾ ਜਾਪੂ ਉਹ ਤਾਰਿਆਂ ਨੇ ਬਰਾਤ ਚਾਉਣਾ ਹੋਣਾ ਖੋਰੇ ਕਿੰਨਾ ਸੋਹਣਾ ਹੋਣਾ ਜੋ ਮੇਰੀ ਕਿਸਮਤ ਵਿੱਚ ਆਉਣਾ ਹੋਣਾ ਬਣਾਇਆ ਰੱਬ ਨੇ ਮੇਰੇ ਲਈ ਹੋ ਬਣਾਇਆ ਰੱਬ ਨੇ ਮੇਰੇ ਲਈ ਹੋ ਮੈਂ ਨਮਾਜ਼ ਪੜੀ ਜਿਸ ਤੇਰੇ ਲਈ ਹੋ ਹੱਕ ਜਿਹਨੇ ਜਿਤਾਉਣਾ ਹੋਣਾ ਤੇ ਪਾਗਲਾ ਵਾਂਗ ਮੈਨੂੰ ਚੋਣਾ ਹੋਣਾ ਖੋਰੇ ਕਿੰਨਾ ਸੋਹਣਾ ਹੋਣਾ ਜੀਨੇ ਮੈਨੂੰ ਵਿਆਉਣਾ ਹੋਣਾ ਜੀਨੇ ਮੈਨੂੰ ਵਿਆਉਣਾ ਹੋਣਾ ਥੈਂਕ ਯੂ ਅੱਗੇ ਲਿਖਿਆ ਹੈ ਦੱਸ ਮੈਂ ਤੇਰੇ ਤੇ ਕੀ ਲਿਖਾਂ ਦੱਸ ਮੈਂ ਤੇਰੇ ਤੇ ਕੀ ਲਿਖਾਂ ਸਰਦੀ ਚ ਹੋਰੀ ਬੂੰਦਾ ਬੂੰਦੀ ਜਾਂ ਸਾਵਣ ਦਾ ਜ਼ੋਰਦਾਰ ਮੀਂਹ ਲਿਖਾਂ ਦੱਸ ਮੈਂ ਤੇਰੇ ਤੇ ਕੀ ਲਿਖਾਂ ਜੂਨ ਦੀ ਤਪਦੀ ਹੋਈ ਦੁਪਹਿਰ ਜੂਨ ਦੀ ਤਪਦੀ ਹੋਈ ਦੁਪਹਿਰ ਜਾਂ ਕਤਕ ਤੋਂ ਪੋਹ ਦੀ ਤਸਵੀਰ ਲਿਖਾਂ ਦੱਸ ਮੈਂ ਤੇਰੇ ਤੇ ਕੀ ਲਿਖਾਂ ਸਮੁੰਦਰ ਦੇ ਤਲ ਤੋਂ ਡੁੰਗਾਈ ਸਮੁੰਦਰ ਦੀ ਤਲ ਤੋਂ ਡੁੰਗਾਈ ਜਾਂ ਪਹਾੜਾਂ 'ਚ ਪੰਛੀਆਂ ਦੀ ਚੀਂ-ਚੀ ਲਿਖਾਂ ਦੱਸ ਮੈਂ ਤੇਰੇ ਤੇ ਕੀ ਲਿਖਾਂ ਪਟਕੇ ਹੋਏ ਮੁਸਾਫਰ ਦੀ ਬੰਦਗੀ ਪਟਕੇ ਹੋਏ ਮੁਸਾਫਰ ਦੀ ਬੰਦਗੀ ਜਾਂ ਰਹਿਣ ਬਸੇਰੇ ਦੀ ਪਹਿਲੀ ਨਹੀਂ ਲਿਖਾਂ ਦੱਸ ਮੈਂ ਤੇਰੇ ਤੇ ਕੀ ਲਿਖਾਂ ਅੱਗੇ ਲਿਖਿਆ ਹੈ ਕਿ ਪਹਾੜਾਂ ਜਿਹਾ ਉੱਚਾ ਰਤਬਾ ਤੇਰਾ ਪਹਾੜਾਂ ਜਿਹਾ ਉੱਚਾ ਰਤਬਾ ਤੇਰਾ ਤੇ ਨਦੀਆਂ ਜਿਹੀ ਮੈਨੂੰ ਚਾਲ ਜਾਪੇ ਸਮੁੰਦਰ ਜਿਉਂ ਤੇਰੀਆਂ ਅੱਖਾਂ ਨੇ ਤੇਰੀ ਹਰ ਅਦਾ ਬਾ ਕਮਾਲ ਜਾਪੇ ਜਿਸ ਦਿਨ ਦਾ ਮੈਨੂੰ ਤੂੰ ਦਿਸਿਆ ਜਿਸ ਦਿਨ ਦਾ ਮੈਨੂੰ ਤੂੰ ਦਿਸਿਆ ਮੈਨੂੰ ਪਾਗਲਾ ਜਾਂ ਮੇਰਾ ਹਾਲ ਜਾਪੇ ਤੇਰੇ ਬਿਨਾ ਬੀਤੇ ਜੇ ਪਲ ਮੇਰਾ ਉਹ ਹਰ ਇੱਕ ਪਲ ਇੱਕ ਸਾਲ ਜਾਪੇ ਮੇਰੀ ਗਵਾਚੀ ਜਈ ਸ਼ਖਸੀਅਤ ਐ ਮੇਰੀ ਗਵਾਚੀ ਜਈ ਸ਼ਖਸੀਅਤ ਐ ਤੇਰੇ ਵਿੱਚੋਂ ਮੈਨੂੰ ਮੇਰੀ ਭਾਲ ਜਾਪੇ ਕਦੇ ਤੂੰ ਮੈਨੂੰ ਜਵਾਬ ਜਾਪੇ ਤੇ ਕਦੇ-ਕਦੇ ਜਿਉਂ ਸਵਾਲ ਜਾਪੇ ਤੇ ਕਦੇ-ਕਦੇ ਜਿਉਂ ਸ਼ੁਕਰੀਆ ਅੱਗੇ ਲਿਖਿਆ ਐ ਮੈਂ ਡੂੰਗੀ ਸ਼ਾਇਰੀ ਜਈ ਮੈਂ ਡੂੰਗੀ ਸ਼ਾਇਰੀ ਜਈ ਪੜੇਗਾ ਕੀ ਆਪਣੇ ਕੀਮਤੀ ਟਾਈਮ 'ਚੋਂ ਕੁਝ ਪਲ ਮੇਰੇ ਨਾਲ ਸਾਂਝੀ ਕਰੇਗਾ ਕੀ मैं ता सारी उम्र तेरे नाल रहनों तैयार मैं ता सारी उम्र तेरे नाल रहन तैयार तू तो दस हामी भरेगा मेरी ता जान तेरे तो कुर्बान मेरी ता जान तेरे तो कुरबान दस फिर मेरे ते मरेगा की मेरे ते मरेगा की शुक्रिया शुक्रिया आगे मैंने हिंदी में लिखा है कि तेरी आँखों में डूब जाने का जी करता है तेरी आँखों में डूब जाने का जी करता है मशवारे का समंदर से दिल लगाने का जी करता है पता है मुझे चार दिन की ज़िंदगी है मगर पता है मुझे चार दिन की ज़िंदगी है मगर तेरे साथ सारी उम्र बिताने को जी करता है than, शुक्रिया ख़्वाहिश है कि तेरी बाहों में दम निकले आखिरी ख़्वाहिश है कि तेरी बाहों में दम निकले आखिरी तेरे पे तो ये जान लुटाने को जी करता है तेरी नाखों में डूब जाने को जी करता है मशवारे का समंदर से दिल लगाने को जी करता है। शुक्रिया आगे लिखा है सैड है। कई सालों बाद जब वो वापस आया था कई सालों बाद जब वो वापस आया था यादों का पिटारा मानो अपने संग लेकर कर आया था मुझे तो लगा था मुझे तो लगा था कि कब का भुला दिया होगा उसने मगर अपना हाल सुनाकर मानो रुला दिया उसने जैसे मानो मेरे हर सवाल का जवाब ले आया था मगर साथ होकर भी साथ नहीं थे हम क्योंकि वो ख्वाब में जो आया था क्योंकि वो ख्वाब में जो आया था ਅੱਗੇ ਮੈਂ ਲਿਖਿਆ ਹੈ ਪੰਜਾਬ ਦੇ ਮੋਤੀਆਰਾਂ ਦੀ ਖੂਬਸੂਰਤੀ ਬਾਰੇ ਤਾਂ ਸਾਰਿਆਂ ਨੂੰ ਪਤਾ ਪਰ ਬਸ ਪੰਜਾਬੀ ਮੋਤੀਆਰ ਦੀ ਖੂਬਸੂਰਤੀ ਨੂੰ ਸ਼ਬਦਾਂ ਚ ਪਰੋਂਦੀ ਛੋਟੀ ਜੀ ਕੋਸ਼ਿਸ਼ ਕਿ ਡੁੰਗੀਆਂ ਨਜ਼ਮਾ ਵਰਗੀ ਜਾਪਦੀ ਏ ਡੁੰਗੀਆਂ ਨਜ਼ਮਾ ਵਰਗੀ ਜਾਪਦੀ ਏ ਤੇ ਪਾਗ ਪਵਿੱਤਰ ਨੀਰ ਵਰਗੀ ਡੁੰਗੀਆਂ ਨਜ਼ਮਾ ਵਰਗੀ ਜਾਪਦੀ ਏ ਤੇ ਪਾਗ ਪਵਿੱਤਰ ਨੀਰ ਵਰਗੀ ਫਰਿਸ਼ਤੇ ਵੀ ਉਹਨੂੰ ਦੇਖਣਾ ਰੱਜਦੇ ਜਾਪੇ ਕਦੇ ਕਦੇ ਵਾਰਸਤੀ ਹੀਰ ਵਰਗੀ ਜਿਸਮਾਂ ਦੀ ਤਾਂ ਗੱਲ ਹੀ ਕੀ ਐ ਜਿਸਮਾਂ ਦੀ ਤਾਂ ਗੱਲ ਹੀ ਕੀ ਐ ਉਹਦੀ ਰੂਹ ਵੀ ਮੈੱਕੇ ਗੁਲਾਬ ਵਰਗੀ ਉਹਦੀ ਅੱਖ ਦੇ ਸੁਰਮੇ ਦਾ ਕੀ ਆਈ ਕਹਿਣਾ ਹੰਝੂ ਵਗਦੇ ਜੱਪੇਚਨਾ ਵਰਗੀ ਹੰਝੂ ਵਗਦੇ ਜੱਪੇਚਨਾ ਕੇ ਸੁਭਾਅ ਤੋਂ ਜਾਪੇ ਠੰਡੀ ਸ਼ਾਮ ਵਰਗੀ ਸੁਭਾਅ ਤੋਂ ਜਾਪੇ ਠੰਡੀ ਸ਼ਾਮ ਵਰਗੀ ਜਾਪੇ ਕਦੇ ਕਦੇ ਅੰਮ੍ਰਿਤਸਰ ਦੇ ਨਾਮ ਵਰਗੀ ਪਰੀਆਂ ਤੋਰ ਤੁਰਨ ਉਹਦੀ ਤੋਰ ਵਰਗੀ ਪਰੀਆਂ ਤੋਰ ਤੁਰਨ ਉਹਦੀ ਤੋਰ ਵਰਗੀ ਚਿਹਰਾ ਦੇਖਾਂ ਤਾਂ ਜਾ ਪੇ ਲਹੌਰ ਵਰਗੀ ਚਿਹਰਾ ਦੇਖਾਂ ਤਾਂ ਜਾਖ ਪੇ ਲਹੌਰ ਵਰਗੀ ਸ਼ੁਕਰੀਆ